ਦੋਸਤੋ ਮੈਂ ਤੁਹਾਡਾ ਆਪਣਾ ਬਨੋਦ ਫਕੀਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਜਨਮ ਦਿਵਸ ਦੀ ਆਪ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਇਸ ਦੇ ਸਬੰਧ ਵਿੱਚ ਮੈਂ ਇੱਕ ਰਚਨਾ ਲੈ ਕੇ ਆਪ ਜੀ ਦੇ ਸਨ ਮੁਖ ਪੇਸ਼ ਹੋਇਆ ਹਾਂ ਜੀ ਸਤ ਗੁਰੂ ਰਵਿਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾ ਹੀ ਪਾਇਆ ਕਣਕਣ ਵਿੱਚ ਹਰ ਹਰ ਹੈ ਸਮਾਇਆ ਗੁਰਾਂ ਨੇ ਕੌਮ ਨੂੰ ਪਾਰ ਲਗਾਇਆ ਸਤਗੁਰੂ ਰਵੀਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾਹੀ ਪਾਇਆ ਸਤਗੁਰੂ ਰਵੀਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾਹੀ ਪਾਇਆ ਅੱਜ ਹਰ ਪਾਸੇ ਲਈ ਲੱਗਦੇ ਜੈਕਾਰੇ ਮੇਰੇ ਗੁਰੂ ਦੇਵ ਲੱਗਣ ਪਿਆਰੇ ਹਰ ਸ਼ਾਨੇ ਵੀ ਗੁਣ ਗਾਣ ਹੈ ਗਾਏ ਕੁੱਲ ਜਹਾਨੀ ਜਾਂਦੇ ਪੈ ਸਤਕਾਰੇ ਓਟ ਆਸਰਾ ਜਿਸ ਨੇ ਵੀ ਮੰਨਿਆ ਓ ਵਿੱਚ 84 ਫਿਰਨਾ ਆਇਆ ਸਤ ਗੁਰੂ ਰਵੀਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾ ਹੀ ਪਾਇਆ ਅੱਜ ਕੱਖਾਂ ਤੋਂ ਲੱਖਾਂ ਵਿੱਚ ਹੋ ਗਏ ਰਵਿਦਾਸੀਆ ਕੌਮ ਦੇ ਵਾਰਿਸ ਬਿਨ ਸਤਗੁਰਾਂ ਦੇ ਅਸਾਂ ਪਟਕ ਰਹੇ ਸਾਂ ਜੋ ਹੋਵੇ ਕੋਈ ਲਵਾਰਸ ਮੈਂ ਮਾਂ ਪਰਮਾਤਮਾ ਤੋਂ ਮੁਕਤ ਕਰਾਇਆ ਸ਼ੂਤਸ਼ਾਤ ਤੋਂ ਛਟਕਾਰਾ ਦਵਾਇਆ ਸਤਗੁਰੂ ਰਵਿਦਾਸ ਤਾ ਜਿਨਾਂ ਨੇ ਨਾਮ ਧਿਆਇਆ ਉਹ ਨਾ ਹੀ ਪਾਇਆ ਜੀਵਨ ਸਫਲਾ ਬਣਾਉਣਾ ਜੇ ਬੰਦਿਆ ਲੱਗ ਜਾ ਗੁਰਾਂ ਦੇ ਚਰਨੀ ਇਹ ਜਨਮ ਨਾ ਮੁੜ ਮੁੜ ਮਿਲਣਾ ਬਿਨ ਅ ਬਿਨ ਗੁਰਾਂ ਦੇ ਜ਼ਿੰਦਗੀ ਕੀ ਕਰਨੀ ਫਿਰ ਨਾ ਕਦੇ ਹੱਥ ਚ ਆਉਣਾ ਫਕੀਰਾ ਜੋ ਸਮਾ ਗਿਆ ਬਤਾਇਆ ਸਤ ਗੁਰੂ ਰਵੀਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾ ਹੀ ਪਾਇਆ ਕਣਕਣ ਵਿੱਚ ਹਰ ਹਰ ਹੈ ਸਮਾਇਆ ਕੌਮ ਨੂੰ ਪਾਰ ਲਗਾਇਆ ਸਤ ਗੁਰੂ ਰਵੀਦਾਸ ਦਾ ਜਿਨ੍ਹਾਂ ਨੇ ਨਾਮ ਧਿਆਇਆ ਉਹ ਨਾ ਹੀ ਪਾਇਆ ਸਤ ਗੁਰੂ ਰਵੀਦਾਸ ਦਾ ਨਾਮ ਜਿਨ੍ਹਾਂ ਧਿਆਇਆ ਉਹ ਨਾ ਹੀ ਪਾਇਆ ਮੇਰੇ ਵੱਲੋਂ ਇੱਕ ਵਾਰ ਫੇਰ ਸਮੂਹ ਜਗਤ ਨੂੰ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਗੁਰੂ ਰਵਿਦਾਸ ਮਹਾਰਾਜ ਜੀ ਸਭ ਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਰੱਖਣ ਔਰ ਜੇ ਰਚਨਾ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਨਾ ਜੈ ਗੁਰਦੇਵ ਧੰ ਗੁਰਦੇਵ